ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਾ ਬੀਬਾ ਅਨਮੋਲ ਗਗਨ ਮਾਨਦੀ ਇਹਦਾ ਬਿਆਨ ਆਇਆ ਸੀ ਕਿ ਇੱਕ ਪਤੰਗ ਮੁਕਾਬਲਾ ਚੱਲਿਆ ਕਰੂਗਾ ਜਿਹੜੀ ਜਿਹਦੀ ਜ਼ਿਆਦਾ ਸਭ ਤੋਂ ਪਤੰਗ ਉੱਚੀ ਹੋਈ ਉਹਨੂੰ 5 ਲੱਖ ਰੁਪਏ ਇਨਾਮ ਮਿਲਣਾ ਉਦੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਦੱਸ ਦੇਵਾਂ ਕਿ 2022 ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਆ ਇਹਨਾਂ ਨੇ ਪੰਜਾਬ ਦਾ ਪੈਸਾ ਇੰਨਾ ਕੁ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਕਈ ਇਹੋ ਜਿਹੀਆਂ ਚੀਜ਼ਾਂ ਚੀਜ਼ਾਂ ਤੇ ਪੈਸਾ ਖਰਾਬ ਹੋਇਆ ਜਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਪੈਸੇ ਦੀ ਤਾਂ ਇਹਨਾਂ ਦਾ ਪੈਸਾ ਕਿਹਾਜ ਤੋਂ ਸ਼ੁਰੂ ਕਰ ਲੱਗੇ ਅਸੀਂ ਕਿ ਇਹਨਾਂ ਨੇ 10 ਸੀਟਾਂ ਦਾ ਜਾਜ ਕਿਰਾਏ ਤੇ ਲਿਆ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆ ਤੇ 23 ਜ਼ਿਲ੍ਹਿਆਂ ਦੇ ਵਿੱਚ ਹੈਲੀਕਾਪਟਰ ਜਾ ਸਕਦਾ ਜੇ ਕੋਈ ਕੰਮ ਪੰਜਾਬ ਦੇ ਵਿੱਚ ਤਾਂ ਉਹ ਸਾਡੀ ਸਰਕਾਰ ਕਰੇ ਉਹ ਵੀ ਹੈਲੀਕਾਪਟਰ ਤੇ ਆਉਂਦੇ ਆ ਜਾਂਦੇ ਆ ਹੈਲੀਕਾਪਟਰ ਤੇ ਉਹ 10 ਸਿੱਟਾਂ ਦਾ ਜਾਜ ਇਹਨਾਂ ਨੇ ਕੇਸਰੀਵਾਲ ਨੂੰ ਕਿਰਾਇਆ ਤੇ ਲੈ ਕੇ ਦਿੱਤਾ ਸੀ ਜਿਹਦਾ ਲਗਭਗ 10 ਲੱਖ ਰੁਪਈਆ ਵੀ ਇੱਕ ਦਿਨ ਦਾ ਕਿਰਾਇਆ ਹੋਵੇ 10 ਲੱਖ ਇੱਕ ਦਿਨ ਦਾ ਆ ਤਾਂ ਮਹੀਨੇ ਦਾ ਕਿੰਨਾ ਹੋਇਆ ਮੇਰੇ ਖਿਆਲ ਦੇ ਵਿੱਚ ਹੋ ਸਕਦਾ 3 ਕਰੋੜ ਹੋਵੇ ਤਾਂ ਲਗਭਗ 30 ਤੇ 36 ਕਰੋੜ ਰੁਪਈਆ ਸਾਲ ਦਾ ਜਿਹੜਾ ਇਹਨਾਂ ਨੇ ਇਹ ਖਰਾਬ ਕੀਤਾ ਕਿਰਾਇਆ ਦੇਣਾ 10 ਸਿੱਟਾਂ ਦੇ ਜਾਜ ਦਾ ਫਿਰ ਜੇ ਮੈਂ ਦੂਜੀ ਗੱਲ ਇਹ ਕਰਾਂ ਕਿ ਜਿਹੜੇ ਪਹਿਲਾਂ ਦੇ ਮੁੱਖ ਮੰਤਰੀ ਸੀ ਸਾਬਕਾ ਮੁੱਖ ਮੰਤਰੀ ਕਿਸੇ ਨਾਲ 30 35 40 41 ਗੱਡੀਆਂ ਸੀ ਤੇ ਔਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਇਸ ਟਾਈਮ ਮੌਜੂਦਾ ਜਿਹੜੇ ਭਗਵੰਤ ਮਾਨ ਜੀ ਇਹਦੇ ਨਾਲ 110 ਗੱਡੀਆਂ ਹੁੰਦੀਆਂ ਇਹਦੇ ਵਿਰੋਧੀ ਪਾਰਟੀਆਂ ਵਾਲੇ ਦੱਸਦੇ ਆ ਇੱਕ ਗੱਡੀ ਵੀ ਇਹਦੀ 4000 ਰੁਪਏ ਦਾ ਤੇਲ ਪੀਵੇ 4 ਲੱਖ 40000 ਰੁਪਏ ਦਾ ਇੱਕ ਦਿਨ ਦਾ ਤੇਲ ਬਣ ਗਿਆ ਜੇਕਰ ਇੱਕ ਦਿਨ ਦਾ 4 ਲੱਖ 40000 ਰੁਪਏ ਦਾ ਤੇਲ ਬਣਦਾ ਤਾਂ ਤੁਸੀਂ ਪੰਜਾਬ ਦੇ ਲੋਕੋ ਸਾਲ ਦਾ ਮੰਨੋ ਇਹ ਤੇਲ ਕਿ ਕਿੱਥੇ ਜਾਊਗਾ 1 44000 ਰੁਪਇਆ ਤੁਸੀਂ ਇੱਕ ਉਦਾਹਰਨ ਤੌਰ ਤੇ 4 ਲੱਖ ਹੀ ਮੰਨ ਲਓ ਉਤਲਾ ਛੱਡ ਦੋ ਤੁਸੀਂ ਉਹਰਾ ਪੂਰਾ ਕਰ ਦੋ ਇੱਕ ਦਿਨ ਦਾ 4 ਲੱਖ 40 ਲੱਖ ਕਿੰਨੇ ਦਸ ਦਿਨਾਂ ਦਾ ਬਣਿਆ ਔਰ ਕਿੰਨਾ ਬਣਿਆ ਲਗਭਗ ਮੇਰੇ ਖਿਆਲ ਦੇ ਵਿੱਚ 12 13 ਕਰੋੜ ਰੁਪਇਆ ਜਿਹੜਾ ਸਾਲ ਦਾ ਇਹਨਾਂ ਦੇ ਤੇਲ ਦਾ ਖਰਚਾ ਬਣਨਾ ਜਿਹੜੀਆਂ 110 ਗੱਡੀਆਂ ਇਹ ਵੀ ਪੰਜਾਬ ਦੇ ਪੇਟੇ ਪੈ ਗਿਆ ਫਿਰ ਇਹਨਾਂ ਨੇ ਪੈਸੇ ਦੀ ਬਰਬਾਦੀ ਕੀਤੀ ਆ ਜਿਹੜੀ ਇਹਨਾਂ ਨੇ ਬੈਨਰ ਪੋਸਟਰ ਇੱਕ-ਇੱਕ ਕੰਮ ਦੇ ਕਰੋੜਾਂ ਰੁਪਈਆ ਦੇ ਪੋਸਟਰ ਲਾ ਦਿੱਤੇ ਆ ਜਿਹੜੇ ਕੀ ਹਲੇ ਤੱਕ ਜਿਹੜੇ ਸਾਡੇ ਇਤਿਹਾਪਕਾਂ ਉਹ ਝੋਨਾ ਲਾਉਂਦੇ ਫਿਰਦੇ ਆ ਜਿਹੜੇ ਉਹ ਕਹਿੰਦੇ ਨਾ ਵੀ ਜਿਨ੍ਹਾਂ ਦੀਆਂ ਟੈਟ ਪਾਸ ਕੀਤੇ ਆ ਔਰ ਕਿੰਨਾਂ ਨੂੰ ਨਿਪਤੀ ਪੱਤਰ ਦੇ ਕੇ ਵੀ ਇਹਨਾਂ ਨੇ ਨੌਕਰੀਆਂ ਨਹੀਂ ਦਿੱਤੀਆਂ ਉਹ ਵੀ ਰੋਂਦੇ ਫਿਰਦੇ ਆ ਪਰ ਉਹਨਾਂ ਦੇ ਇਹਨਾਂ ਨੇ ਬੈਨਰ ਬੜੇ ਹੀ ਹਿਸਾਬ-ਕਿਤਾਬ ਨਾਲ ਲਾਏ ਆ ਜੇ ਹੁਣ ਗੱਲ ਅਸੀਂ ਇਹ ਕਰੀਏ ਕਿ ਇਹਨਾਂ ਨੇ ਮhalla ਕਲੀਨਿਕ ਬਣਾਏ ਪਹਿਲੇ 117 ਬੈਨਰ ਲਾਏ 117 ਮੁਹੱਲਾ ਕਲੀਨਿਕਾਂ ਦੇ ਬੈਨਰ ਲਾਏ ਫਿਰ ਇਹਨਾਂ ਨੇ 500 ਮੁਹੱਲਾ ਕਲੀਨਿਕਾਂ ਦੇ ਬੈਨਰ ਲਾਏ ਤਾਂ ਲਗਭਗ ਇੱਕ ਮੁਹੱਲਾ ਕਲੀਨਿਕ ਤੇ ਇਹਨਾਂ ਨੇ 92 ਜਿਹੜਾ ਕਹਿ ਲੋ 1837467 ਰੁਪਏ ਖਰਚਾ ਕੀਤਾ ਤਾਂ ਜਿਹੜਾ 500 ਮੁਹੱਲਾ ਕਲੀਨਿਕ ਆ ਉਹਦੇ ਤੇ ਇਹਨਾਂ ਨੇ 92 ਕਰੋੜ ਰੁਪਏ ਖਰਚਾ ਖਰਚਾ ਕਰ ਦਿੱਤਾ ਜਿਨ੍ਹਾਂ ਦੇ ਪੋਸਟਰ ਪਾਈਏ ਤਾਂ 100 ਕਰੋੜ ਰੁਪਏ ਇਹਨਾਂ ਦਾ ਮੁਹੱਲਾ ਕਲੀਨਿਕ ਹੀ ਖਾ ਗਏ ਔਰ 92 ਕਰੋੜ ਮਹੱਲਾ ਕਲੀਨਿਕ ਤੇ ਇਹਨਾਂ ਦੇ ਕੁਝ ਪੋਸਟਰ ਪਾ ਕੇ 100 ਕਰੋੜ ਰੁਪਏ ਦੇ ਨੇੜ ਤੇੜ ਜਿਹੜਾ ਇਹਨਾਂ ਨੇ ਮਹੱਲਾ ਕਲੀਨਿਕਾਂ ਤੇ ਖਰਚਾ ਕਰ ਦਿੱਤਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਕੁਝ ਮਾਵਾਂ ਰੋਂਦੀਆਂ ਫਿਰਦੀਆਂ ਜਿਨ੍ਹਾਂ ਦੇ ਬੱਚਿਆਂ ਦਾ ਇਲਾਜ ਹੋਣ ਵਾਲਾ ਉਹ ਕਹਿੰਦੀਆਂ ਸਾਡੇ ਬੱਚੇ ਦਾ ਇਲਾਜ ਕਰਾ ਦਿਓ ਅੱਜ ਵੀ ਪੰਜਾਬ ਦੇ ਵਿੱਚ ਲੋਕ ਇਲਾਜ ਹਾਸਤੇ ਪੈਸਾ ਮੰਗਦੇ ਫਿਰਦੇ ਆ ਅੱਜ ਵੀ ਪੰਜਾਬ ਦੇ ਲੋਕ ਚੀਕਾਂ ਮਾਰਦੇ ਫਿਰਦੇ ਆ ਇਹਨਾਂ ਨੇ ਭਲੋ ਮਾਨਸੋ ਆ ਇੱਥੇ ਪੈਸਾ ਖਰਾਬ ਕਰ ਦਿੱਤਾ ਕਈ ਇਹੋ ਜਿਹੇ ਕੰਮਾਂ ਜਿੰਨਾ ਵਿੱਚ ਪੈਸਾ ਬਰਬਾਦ ਹੋਇਆ ਔਰ ਉਹ ਪੈਸਾ ਵੱਸ ਸਕਦਾ ਸੀ ਸਾਡੇ ਪੰਜਾਬ ਦਾ ਹੁਣ ਇਹਨਾਂ ਬੀਬਾ ਜਿਹੜੇ ਅਨਮੋਲ ਗਗੜ ਮਾਨ ਉਹਦੇ ਬਿਆਨ ਆਏ ਆ ਕਿ ਜਿਹੜਾ ਉੱਚੀ ਪਤੰਗ ਡਾਊਗਾ ਉਹਨੂੰ 5 ਲੱਖ ਰੁਪਈਆ ਇਨਾਮ ਦਿੱਤਾ ਜਾਊਗਾ ਪਹਿਲੇ ਨੰਬਰ ਤਾਂ ਮੈਨੂੰ ਇਹ ਹਰਾਨ ਕੀ ਹੁੰਦੀ ਆ ਕਿ ਕੱਲ ਨੂੰ ਕੋਈ ਇਹਨਾਂ ਦਾ ਹੋਰ ਮੰਤਰੀ ਉੱਠ ਕੇ ਨਾ ਕਹਦੇ ਵੀ ਲੁ ਕਰਨ ਮਿਚੀ ਦਾ 3 ਲੱਖ ਦੇਵਾਂਗੇ ਤੇ ਉਹ ਜੇ ਇੱਕ ਕਲੱਚ ਘੋੜੀ ਹੁੰਦੀ ਸੀ ਉਹ ਐਂ ਕਰਕੇ ਲੋਕ ਖੜ ਜਾਂਦੇ ਉੱਤੇ ਜਵਾਕ ਛਾਲ ਮਾਰਦੇ ਸੀ ਕਿਤੇ ਕਲੱਚ ਘੋੜੀ ਦਾ 2.5 ਲੱਖ ਕਰ ਦੇਣ ਜਾਂ ਇੱਕ ਹੋਰ ਖੇਡ ਹੁੰਦੀ ਸੀ ਛਿੱਤਰਪੋਲਾ ਛਿੱਤਰਪੋਲਾ ਜਿਵੇਂ ਕਹਿੰਦਾ ਉਹਨੂੰ ਬਾਂਦਰ ਕਿਲਾ ਕਹਿੰਦੇ ਹੁੰਦੇ ਸੀ ਉਹਦਾ ਇਹ 1.5 ਲੱਖ ਰੁਪਇਆ ਕਰ ਦੇਣ ਹਲੇ ਬੜੀਆਂ ਗੇਮਾਂ ਇੱਕ ਕੜਕਾਲਾ ਲੱਕਰ ਹੁੰਦੀ ਸੀ ਇੱਕ ਡੰਡਾ ਚੱਕ ਕੇ ਉਹਦੇ ਵਿੱਚ ਮੈਂ ਵਿਖਾਉਣਾ ਡੰਡਾ ਚੱਕ ਕੇ ਇੱਕ ਜਣਾ ਵਾਰ ਹੀ ਦਿੰਦਾ ਸੀ ਪੰਜ ਸੱਤ ਜਣੇ ਦਰਖਤ ਤੇ ਚੜਦੇ ਸੀ ਉਹ ਇੱਕ ਜਣੇ ਤੈ ਕਰਕੇ ਡੰਡਾ ਛਿੜਦੇ ਨਾ ਹੁੰਦਾ ਉਹ ਬੰਦੇ ਨੇ ਚੱਕ ਕੇ ਡੰਡਾ ਲਿਆਉਣਾ ਹੁੰਦਾ ਜਿਹੜਾ ਖੇਡਣਾ ਜਿਹੜਾ ਵਾਰੀ ਦਿੰਦਾ ਬਾਕੀ ਉਹ ਦਰਖਤੇ ਭੱਜ ਜਾਂਦੇ ਆ ਹੁਣ ਉਹ ਦਰਖਤੇ ਭੱਜ ਜਾਂਦੇ ਆ ਕੰਨ ਨੂੰ ਕਿਤੇ 2.5 ਤਿੰਨ ਲੱਖ ਰੁਪਇਆ ਕੜਕਾਲਾ ਲੱਕੜ ਦਾ ਨਾ ਕਰਦਰ ਵੀ ਤੁਸੀਂ ਜੇਕਰ ਗੇਮਾਂ ਬਣਾਉਣੀਆਂ ਆ ਕਬੱਡੀ ਦੀਆਂ ਚੱਲ ਰੀਆਂ ਸਾਡੇ ਨੌਜਵਾਨਾਂ ਨੂੰ ਗਰਾਊਂਡ ਦਿਓ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਗਰਾਊਂਡ ਤੋਂ ਰੋਂਦੇ ਫਿਰਦੇ ਆ ਲੋਕ ਕਈ ਮੈਂ ਵੀਡੀਓ ਭਾਂਗੇ ਇਸ ਮਸਲੇ ਤੇ ਹੁਣ ਮੈਂ ਇੱਥੇ ਗੱਲ ਕਰਦਾ ਕਿ ਇੰਨਾ ਪੈਸਾ ਪੰਜਾਬ ਕੋਲ ਕਿੱਥੋਂ ਆ ਗਿਆ ਜਿਹੜਾ ਤੁਸੀਂ ਖਰਾਬ ਕਰੀ ਤੁਰੇ ਹੋਨੇ ਆ ਬੀਬਾ ਅਨਮੋਲ ਗਗੜ ਮਾਨ ਇਹ ਕਹਿੰਦੇ ਆ ਕਿ 5 ਲੱਖ ਰੁਪਏ ਦਾ ਸੀ ਉੱਚੀ ਪਤੰਗ ਵਾਲੇ ਨੂੰ ਦੇਣਾ ਮੈਂ ਤੁਹਾਨੂੰ ਇਹ ਕਹਿਣਾ ਬੀਬਾ ਜੀ ਤੁਸੀਂ 5 ਲੱਖ ਰੁਪਏ ਉੱਚੀ ਪਤੰਗ ਹੋਵੇ ਜੇ ਦੀ ਗੱਲ ਕਰਦੇ ਆ ਕਦੇ ਖੇਤਾ ਚਾਓ ਇੱਕ ਦਿਨ ਵਾਸਤੇ ਖੇਤਾਂ ਦੇ ਵਿੱਚ ਆਓ ਤੁਸੀਂ ਸਾਰੇ ਦੇ ਸਾਰੇ ਆਪਦੇ ਆਪ ਨੂੰ ਕਿਸਾਨਾਂ ਦੇ ਪੁੱਤ ਕਹਿੰਨੇ ਆ ਕੋਈ ਸੱਤ ਕਿੱਲੇ ਵਾਲਾ ਕਿਸਾਨ ਦਾ ਪੁੱਤ ਕੋਈ ਗਰੀਬ ਕਿਸਾਨ ਦਾ ਪੁੱਤ ਬੀਬੀ ਜੀ ਕਹਿੰਦੇ ਆ ਸਾਡਾ ਦਿਲ ਤਾਂ ਅਮੀਰ ਆ ਭਾਵੇਂ ਸਾਡੇ ਘਰ ਛੋਟੇ ਆ ਜੇਕਰ ਬਾਲੇ ਛੋਟੇ ਆ ਤੇ ਤੁਹਾਡੇ ਦਿਲ ਵੱਡੇ ਆ ਤੁਸੀਂ ਜਿਹੜਾ ਕੋਈ ਚੁਬਾਰਾ ਪੋਣਾ ਦੇ ਦਿਲਾਂ 'ਚ ਹੀ ਪਾ ਲੋ ਹੋਰ ਕੋਈ ਲੋਕਾਂ ਨੂੰ ਦੋ ਚਾਰ ਚੁਬਾਰੇ ਪਾ ਕੇ ਦੇ ਦੋ ਮੈਂ ਤੁਹਾਨੂੰ ਇਹ ਕਹਿਣਾ ਬੀਬਾ ਜੀ ਕਿ ਤੁਸੀਂ ਖੇਤਾਂ ਦੇ ਵਿੱਚ ਅੱਜ ਗੋਡੀਆਂ ਦਾ ਸਮਾਂ ਨਰਮੇ ਨੂੰ ਗੋਡੀਆਂ ਕਰ ਰਿਹਾ ਲੋਕ ਕਸੀਆਂ ਦੇ ਨਾਲ ਤੁਸੀਂ ਆਓ ਕੋਈ ਇੱਕ ਅੱਧਾ ਦਿਨ ਤੁਹਾਡੀ ਸਰਕਾਰ ਦੇ ਐਮ.ਐਲ.ਏ ਸਾਡੇ ਨਾਲ ਲਾਹਣ ਜਦੋਂ 8-9 ਘੰਟੇ ਕੰਮ ਕੀਤਾ ਮੁਰਕਾ ਸਿਰ ਤੋਂ ਲੈ ਕੇ ਕਿੱਤਿਆਂ ਤੱਕ ਗਿਆ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ 300 ਰੁਪਿਆ ਦਿਹਾੜੀ ਕੀ ਹੁੰਦੀ ਆ ਜੇਕਰ ਤੁਸੀਂ ਉਹ 300 ਰੁਪਿਆ ਦਿਹਾੜੀ ਤੁਹਾਨੂੰ ਕਵਾਂਗੇ ਕਿ ਇਹ ਤੁਸੀਂ ਕਮਾਈ ਆ ਜਿੱਥੇ ਲਾਉਣੀਆਂ ਲਾ ਦੋ ਪਰ ਸਾਡਾ ਖਜ਼ਾਨੇ ਦੇ ਵਿੱਚ ਹਿੱਸਾ ਸਾਡਾ ਉਹ ਪੈਸਾ ਜਿਹਦੇ ਨਾਲ ਤੁਹਾਨੂੰ ਤਨਖਾਹਾਂ ਪੈਨਸ਼ਨਾਂ ਮਿਲਣੀਆਂ ਜਿਹਦੇ ਨਾਲ ਤੁਹਾਡੀਆਂ ਗੱਡੀਆਂ ਚੱਲਣੀਆਂ ਸਾਡਾ ਪੈਸਾ ਨਾ ਬਰਬਾਦ ਕੀਤਾ ਜਾਵੇ ਤੁਸੀਂ ਪਹਿਲਾਂ ਹੀ ਸਾਡਾ ਕਰੋੜਾ ਰੁਪਿਆ ਬਰਬਾਦ ਕਰ ਚੁੱਕੇ ਆ ਤੁਹਾਨੂੰ ਉਹ ਮਾਫਾ ਹੁਣ ਵੀ ਤੁਸੀਂ 5-5 ਲੱਖਾਂ ਦੀ ਗੱਲ ਕਰਦੇ ਆ ਪਤੰਗਾ ਡਾਉਣ ਦੀ ਤਾਂ ਪੈਸਾ ਕਿੱਥੋਂ ਆਊਗਾ ਫਿਰ ਬੀਬਾ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਗੱਲ ਕਹੀ ਆ ਮੈਂ ਵੀ ਤੁਹਾਨੂੰ ਸੁਣਾ ਦਿੰਨਾ ਪਤੰਗ ਬਾਜੀ ਜਿਹੜੀ ਪੰਜਾਬ ਦੇ ਵਿੱਚ ਬੜੇ ਤੁਮਤਾਂ ਦੇ ਨਾਲ ਸਾ ਤੁਸੀਂ ਜਾਣਦੇ ਹੋ ਕਿ ਜੇ ਉਹ ਤੋਂ ਗੀਤ ਸੁਣਨੇ ਹੋ ਤਾਂ ਸਾਨੂੰ ਫਿਰੋਜ਼ਪੁਰ ਜਾਣਾ ਪੈਂਦਾ ਪਤੰਗ ਬਾਜੀ ਵੇਖਣ ਲਈ ਪਹਿਲੀ ਵਾਰੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਪਤੰਗ ਆਵਾਜ਼ ਦਾ ਜਿਹੜਾ ਇੱਕ ਵਿਲੱਖਣ ਮੁਕਾਬਲਾ ਕਰਵਾਇਆ ਜਾਊ ਜਿਹਦੀ ਸਭ ਤੋਂ ਵੱਡੀ ਪਤੰਗ ੋਡਣ ਵਾਲੇ ਨੂੰ 5 ਲੱਖ ਰੁਪਏ ਦਾ ਨਾਮ ਦਿੱਤਾ ਜਾਣਾ ਹੈ ਦੇ ਜੇ ਮੁਕਾਬਲੇ ਦੇ ਜੇਤੂਵਾਲੋ ਜਿਹਦੇ ਪਿੱਛੇ ਦੇ ਵੀ ਮੁਕਾਬਲੇ ਕਰਵਾਏ ਜਾਣਗੇ 5 ਲੱਖ ਰੁਪਏ ਦਾ ਨਕਦ ਨਾਮਾ ਜਿਹੜਾ ਐਂਡ ਪੂਰਾ ਵੱਡਾ ਪ੍ਰੋਗਰਾਮ ਜਿਹੜਾ ਸੀ ਬਸੰਤ ਦਾ ਤਿਹਾੜੀ ਫਿਰੋਜ਼ਪੁਰ ਦੇ सेलिब्रेट ਕਰਾਂਗੇ ਇਸ ਤੋਂ ਬਾਅਦ ਆ ਜਾਂਦਾ ਜੀ ਪੰਜਾਬ ਦੀ ਜਿਹੜੀ ਕੁਦਰਤੀ ਸੁੰਦਰਤਾ ਹਾਂਜੀ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਚਾਹੇ ਉਹ ਉਦਰਤਾ ਹੈ ਦਰਿਆ ਨੇ ਹਰ ਇੱਕ ਇਹਦੇ ਵਿੱਚ ਬੀਬਾ ਜੀ ਤੁਸੀਂ ਦਰਿਆਵਾਂ ਦੀ ਗੱਲ ਕੀਤੀ ਆ ਪਹਿਲਾਂ ਮੈਂ ਤੁਹਾਨੂੰ ਦਰਿਆਵਾਂ ਦੀ ਇਹ ਗੱਲ ਕਰਾਂ ਕਿ ਅਕਸਰ ਆਪਾਂ ਸੋਹਦੇ ਰਹਿੰਨੇ ਆ ਭਾਈ ਦਰਿਆਵਾਂ ਦਾ ਪਾਣੀ ਮਾਰਾ ਹੋ ਰਿਹਾ ਇੱਥੇ ਕੋਈ ਫੈਕਟਰੀ ਦਾ ਰੋਲਾ ਪਾਇਆ ਜਾਂਦਾ ਤੁਸੀਂ ਐਂ ਕਰੋ ਇਹ ਕੰਮ ਕਰੋ ਪੰਜਾਬ ਦੇ ਪਾਣੀ ਦੀ ਸੁੰਦਰਤਾ ਵਡਾਉਣ ਵਾਸਤੇ ਤੁਸੀਂ ਇਹ ਧਿਆਨ ਮਾਰੋ ਕੱਲ ਨੂੰ ਕੋਈ ਫੈਕਟਰੀ ਜਾਂ ਕੋਈ ਵੀ ਕੈਮੀਕਲ ਨਾ ਆਵੇ ਜਿਹੜੇ ਅਜ ਤੋਂ 6 ਮਹੀਨਾ ਡੇਢ ਪਹਿਲਾਂ ਦੀ ਗੱਲ ਕਰੀਏ ਉਹਦੇ ਵਿੱਚ ਪਾਣੀ ਬੜਾ ਗੱਦਾ ਆ ਸਾਡੀ ਕੱਸੀ ਦੇ ਵਿੱਚ ਆ ਨਾਲ ਹੀ ਇੱਥੋਂ ਖਾਲਾ ਰੰਗ ਦਾ ਸਕੂਲ ਦੇ ਪਿਛਲੇ ਪਾਸੇ ਆ ਉਥੋਂ ਪਾਣੀ ਲੰਘਣਾ ਬੇਕਾਰ ਪਾਣੀ ਲੰਘਿਆ ਔਰ ਕਿੰਨਾ ਨੇ ਵਾਟਰ ਬਾਕਸ ਦੀਆਂ ਡਿੱਗੀਆਂ ਤੱਕ ਦੇ ਵਿੱਚ ਨਹੀਂ ਪਾਇਆ ਉਹ ਲੋਕਾਂ ਦਾ ਕਹਿਣਾ ਸੀ ਵੀ ਇਹ ਕੈਮੀਕਲ ਛੱਡਿਆ ਗਿਆ ਕੈਮੀਕਲ ਛੱਡਿਆ ਗਿਆ ਖੈਰ ਸਾਨੂੰ ਤਾਂ ਨਹੀਂ ਪਤਾ ਵੀ ਉਹ ਕੈਮੀਕਲ ਆ ਜਾਂ ਕੀ ਆ ਪਰ ਮੈਂ ਤੁਹਾਨੂੰ ਬੀਬਾ ਜੀ ਇੰਨਾ ਕਹੂੰਗਾ ਕਿ ਦਰਿਆਵਾਂ ਦੇ ਪਾਣੀ ਵੱਲ ਧਿਆਨ ਕਰੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਦਰਿਆ ਕਿੱਥੇ ਆ ਕਿੱਥੇ ਨਹੀਂਗੇ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਗਈ ਫਿਰ ਤੁਸੀਂ ਗੱਲ ਕੀਤੀ ਆ ਪਹਿਲਵਾਨੀ ਦੀ ਕੋਈ ਗੱਲ ਕੀਤੀ ਆ ਵੀ ਇਸ ਤਰ੍ਹਾਂ ਸੀ ਆ ਕਰਾਂਗੇ ਬੀਬਾ ਜੀ ਪਹਿਲਵਾਨ ਹੈ ਕਿੱਥੇ ਆ ਸਾਡੇ ਪੰਜਾਬ ਦੇ ਵਿੱਚ ਮੈਨੂੰ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬ ਦੇ ਵਿੱਚ ਪਹਿਲਵਾਨ ਹੈ ਕਿੱਥੇ ਆ ਜੇਕਰ ਗੱਲ ਪਹਿਲਵਾਨਾਂ ਦੀ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਤਾਂ ਪਹਿਲਵਾਨ ਕੋਈ ਰਿਹਾ ਹੀ ਨਹੀਂਗਾ ਜਿਹੜੇ ਪਹਿਲਵਾਨ ਸੀ ਉਹਨਾਂ ਨੂੰ ਵੀ ਅੱਜਕੱਲ ਜੇ ਘਿਉਆਂ ਦੀ ਗੱਲ ਕਰੀਏ ਕਿਉਂ ਖਰਾਕਾਂ ਦੀ ਥਾਂ ਤੇ ਕੈਮੀਕਲ ਮਿਲ ਲੱਗ ਗਿਆ ਕਿਹੜੀ ਕਿੱਧਰ ਜਾਈਏ ਸੀ ਮਤਲਬ ਮੈਂ ਕਹੂੰਗਾ ਵੀ ਸਭ ਤੋਂ ਕਹਿੰਦੇ ਚੰਗਾ ਦੁੱਧ ਹੁੰਦਾ ਤੇ ਅੱਜ ਪੱਠਿਆਂ ਦੀ ਗੱਲ ਕਰੀਏ ਤੇ ਸਪਰੇਆਂ ਤੋਂ ਬਿਨਾਂ ਤਾਂ ਉਹ ਵੀ ਨਹੀਂ ਹੁੰਦੇ ਸਾਡੇ ਪੰਜਾਬ ਨੂੰ ਚਿੱਟੇ ਨਾ ਖਾ ਲਿਆ ਸਾਡੇ ਪੰਜਾਬ ਨੂੰ ਉਹ ਜਾਜਾਂ ਨੇ ਖਾ ਲਿਆ ਸਾਡੇ ਪੰਜਾਬ ਨੂੰ ਨਸ਼ਿਆਂ ਦੇ ਹੜ ਨੇ ਖਾ ਲਿਆ ਮਾਵਾਂ ਨੂੰ ਰੋਂਦੀਆਂ ਕੁਲਕਦੀਆਂ ਫਿਰਦੀਆਂ ਮਾਵਾਂ ਇੱਥੇ ਸਾਡੀਆਂ ਭੈਣਾਂ ਸਾਡੀਆਂ ਇੱਥੇ ਰੱਖਣੀਆਂ ਬੰਨ ਨੂੰ ਤਰਸਦੀਆਂ ਫਿਰਦੀਆਂ ਤੇ ਬੀਬਾ ਜੀ ਕਾਹਦੀਆਂ ਗੱਲਾਂ ਕਰਦੇ ਆ ਹੁਣ ਗੱਲ ਮੈਂ ਪਤੰਗ ਦੀ ਕਰਦਾ ਜੇ ਤੁਸੀਂ 5 ਲੱਖ ਰੁਪਈਆ ਜੇ ਦੇਣਾ ਹੀ ਆ ਲੋਕਾਂ ਨੂੰ ਪਤੰਗਾਂ ਦੀ ਗੱਲ ਕਰਦੇ ਆ ਤਾਂ ਸਾਡੇ ਇੱਥੇ ਪੜ੍ਹੇ ਲਿਖੇ ਨੌਜਵਾਨ ਆ ਜਿਹੜੇ ਸਾਡੀਆਂ ਧੀਆਂ ਪਹਿਣਾ ਉਹ ਪੜ੍ਹਿਆ ਲਿਖਿਆ ਹੁੰਦੇ باوجود ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਨੂੰ 10-10 ਲੱਖ ਰੁਪਈਆ ਵਿਆਜ ਤੇ ਦਿਓ ਤੁਸੀਂ ਕੋਈ ਰੁਪਈਆ ਰੁਪਈਆ ਵਿਆਜ ਤੇ ਦਿਵਾਓ ਤਾਂ ਕਿ ਉਹ ਜਿਹੜਾ ਕਹਿ ਲੋ ਕੰਮ ਕਰ ਸਕਣ ਆ ਆਪਦਾ ਜੇ ਉਹ ਕੰਮ ਕਰਨਗੇ ਆਪਦਾ ਕੰਮ ਵਿੱਟਣਗੇ ਤਾਂ ਉਹ ਆਪਦਾ ਕੰਮ ਚਲਾ ਕੇ ਸਰਕਾਰੀ ਚਲੋ ਹੋਰ ਕੋਈ ਨੌਕਰੀਆਂ ਲੈ ਲੂਗਾ ਲੰਗੇ ਕੰਮ ਚੱਲ ਪੈਣਗੇ ਤੁਸੀਂ ਲੋਕਾਂ ਨੂੰ ਮਕਾਨ ਪਾਉਣ ਵਾਸਤੇ ਪੈਸਾ ਨਹੀਂ ਦਿੰਦੇ ਉਹ ਇੱਥੇ ਦਵਾਉ ਬੈਂਕਾਂ ਤੋਂ ਅਗਲਾ ਭਰੀ ਜਾਊਗਾ ਹੌਲੀ ਹੌਲੀ ਤੁਸੀਂ ਲੋਕਾਂ ਨੂੰ ਇਲਾਜ ਹਾਸਤੇ ਪੈਸਾ ਨਹੀਂ ਦਿੰਦੇ ਤਾਂ ਤੁਸੀਂ ਆ ਤੁਹਾਡੇ ਕੋਲ ਪਤੰਗਾ ਜੁਗਰੇ ਆ ਗਏ ਆ ਤੁਸੀਂ ਦੱਸੋ ਮੈਨੂੰ ਗੱਲ ਕੰਮ ਕਰੋ ਕੁਛ ਐਦਾ ਕਰਗੇ ਆਪਾਂ ਪਹਿਲਾਂ ਵੀਬਾ ਜੀ ਤੁਹਾਡੀ ਇੱਕੋ ਕੋਠੀ ਦਾ ਰੌਲਾ ਪਿਆ ਸੀ ਕਿ ਕੋਠੀ ਰੀਨੋਵੇਟ ਕਰਾ ਦਿਓ ਸਵਿਮਿੰਗ ਪੂਲ ਬਣਾ ਦਿਓ ਮੈਂਖੇ ਵੀ ਕਮਾਲ ਹੋ ਗਈ ਨਲਕਿਆਂ ਥੱਲੇ ਨਹਾਉਣ ਵਾਲੇ ਅੱਜ ਕੱਲ ਸਵਿਮਿੰਗ ਪੂਲ ਮੰਗੀ ਜਾਂਦੇ ਆ ਬੀਬਾ ਜੀ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਲੋਕਾਂ ਨੇ ਕਿਹਾ ਸੀਗਾ ਕਿ ਨਹੀਂ ਉਹ ਬੀਬਾ ਨਮੋਲ ਗਗਨ ਮਾਨ ਨੇ ਨਹੀਂ ਲਿਖੇ ਪੱਤਰ ਵੀ ਜ ਇੰਨੀ ਸਾਡੇ ਮੇਰੇ ਪਤਾ ਨਹੀਂ ਕਿੰਨੀਆਂ ਮੰਗਾ ਸੀ ਤੀ 35 ਮੰਗਾ ਸਿੰਘ ਮੈਂ ਕਿਹਾ ਭਾਈ ਸਾਹਿਬ ਫਿਰ ਉਹ ਮੰਗਾ ਹੈ ਕਿਦੀਆਂ ਫਿਰ ਪਤਾ ਕਰੋ ਵੀ ਉਹ ਦਸਤਕੀਤੇ ਕਿਹਨੇ ਆ ਲਿਆਓ ਸਾਹਮਣੇ ਬੰਦਾ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਜੇਕਰ ਤੁਸੀਂ ਅੱਗੇ ਲਿਆਉਣਾ ਹੀ ਹੈ ਪੰਜਾਬ ਨੂੰ ਕਬੱਡੀ ਦੇ ਵਿੱਚ ਲਿਆਓ ਤੁਸੀਂ ਇਹ ਨਾਲ ਤਾਂ ਦੌੜ ਲਵਾ ਦਿੰਦੇ ਹੋਰ ਨਹੀਂ ਤਾਂ ਕੋਈ ਜਿਹੜੇ ਰੇਸਾਂ ਲਾਉਣ ਵਾਲੇ ਵਿਚਾਰੇ ਜਿਹੜੇ ਨੌਕਰੀਆਂ ਤਾਂ ਨਹੀਂ ਲੱਗਦੇ ਹੋਰ ਨਹੀਂ ਤਾਂ ਉਹ ਰੇਸਾਂ ਚ ਕੁਛ ਨਾ ਕੁਛ ਕਮਾ ਲੈਂਦੇ ਮਤਲਬ ਮੈਂ ਤਾਂ ਕਮਾਈ ਕਹੂੰਗਾ ਨਾਮ-ਸ਼ਨਾਮ ਉਹਨਾਂ ਕੁਛ ਨਾ ਕੁਛ ਤਾਂ ਮਿਹਨਤ ਦਾ ਮੁੱਲ ਮਿਲਣਾ ਹੀ ਚਾਹੀਦਾ ਪਤੰਗ ਹੁਣ ਪਤੰਗ ਡਾਉਣ ਲੱਗਣਗੇ ਲੋਕ ਪਹਿਲਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਆਪਾਂ ਵੇਂਦੇ ਸੀ ਥਾਂ ਖੁੱਲੇ ਹੁੰਦੇ ਸੀ ਉਹਦੇ ਵਿੱਚ ਕਿਸੇ ਨੇ ਛੱਪੜ ਤੇ ਜਾ ਕੇ ਪਤੰਗ ਚੜਾਉਣੀ ਅੱਜ ਕੱਲ ਤਾਂ ਛੱਪੜ ਮਿਲੱਕੇ ਗਏ ਫਿਰ ਟਿੱਬੇ ਹੁੰਦੇ ਸੀ ਪਿੰਡਾਂ ਦੇ ਵਿੱਚ ਬੜੇ ਤਗਰੇ ਅੱਜ ਕੱਲ ਮਿੱਟੀ سونے ਦੇ ਭਾਵਿਕਨ ਲੱਗ ਗਈ ਮਿੱਟੀ ਹੁਣ ਜੇ ਗੱਲ ਸ਼ਹਿਰਾਂ ਦੀ ਕਰੀਏ ਸ਼ਹਿਰਾਂ ਦੇ ਵਿੱਚ ਇੰਨੇ ਖੁੱਲੇ ਜਿਹੜੇ ਕਹ ਲੋ ਥਾਂ ਖੜੇ ਨਹੀਂ ਹੁੰਦੇ ਜਿਹੜੇ ਲੋਕ ਪਤੰਗਾਂ ਵਧੀਆ ਕੋਈ ਜਾ ਕੇ ਡਾਉਣ ਲੋਕੀ ਕਮਰਿਆਂ ਤੇ ਜਾ ਜਾ ਕੇ ਜਾਂ ਕਹ ਲੋ ਲੋਕੀ ਕੋਠਾਂਾਂ ਤੇ ਚੜ ਕੇ ਪਤੰਗਾ ਡਾਉਂਦੇ ਆ ਕਈ ਵਾਰੀ ਆਪਾਂ ਸੁਣਿਆ ਵੀ ਫਲਾਣੇ ਥਾਂ ਮੌਤ ਹੋ ਗਈ ਫਲਾਣੇ ਥਾਂ ਹੋ ਗਿਆ ਤਾਂ ਬੀਬਾ ਜੀ ਕੋਈ ਚੰਗੇ ਕੰਮ ਪਾਓ ਮੈਂ ਕੋਈ ਬਸੰਤ ਦੀ ਰੁੱਤ ਨੂੰ ਮਾਰਾ ਨਹੀਂ ਕਹਿੰਦਾ ਮੈਨੂੰ ਬਸੰਤ ਦੀ ਰੁੱਤ ਦਾ ਇਤਿਹਾਸ ਨਹੀਂ ਪਤਾ ਮੈਂ ਸਰਚ ਜ਼ਰੂਰ ਕਰੂੰਗਾ ਇਸ ਬਾਰੇ ਪਰ ਜੇਕਰ ਤੁਸੀਂ ਇਨਾਮ ਰੱਖਣਾ ਹੀ ਆ ਰੇਸ ਦਾ ਇਨਾਮ ਰੱਖੋ ਜਾਂ ਤੁਸੀਂ ਰੱਖਣਾ ਹੀ ਆ ਜਿਹੜੀ ਕਹਿੰਦੇ ਦੌੜ ਦਾ ਇਨਾਮ ਰੱਖੋ ਕਬੱਡੀ ਦਾ ਆ ਗਿਆ ਹੋਰ ਤੁਸੀਂ ਕਈ ਤੁਰਾਂ ਪਹਿਲਾ ਨੰਬਰ ਇਹ ਆ ਕਿ ਸਾਡੇ ਇਸ ਟਾਈਮ ਨੌਜਵਾਨਾਂ ਪੜ੍ਹੇ ਲਿਖੇ ਬੀਅੜ ਕੀਤੀ ਟੈਟ ਪਾਸ ਕੀਤੀ ਉਹ ਝੋਨੇ ਲਾਉਣਗੇ ਉਹਨਾਂ ਇਸ ਟਾਈਮ ਤਾਂ ਉਹਨਾਂ ਨੂੰ ਤੁਸੀਂ ਕਾਰੋਬਾਰ ਖੋਲ ਕੇ ਦਿਓ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਪੰਜਾਬ ਦੇ ਲੋਕੋ ਤੁਹਾਡੇ ਕੋਲ ਹੱਥ ਬੰਨ ਕੇ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ